ਕਿ ਕਦੇ ਕਾਲੀਆਂ ਦੀ ਟੀਮ ਦੇ ਨਾਲ ਇੱਕ ਵੱਡੇ ਪ੍ਰਾਈਜ਼ ਤੇ ਕਿਤੇ ਮੋਹਰ ਜਿਹੜੀ ਲੱਗਦੀ ਹੈ ਗੱਲਾਂ ਹੋਣਗੀਆਂ ਅੱਜ ਦੇ ਇਸ ਖੇਡ ਟੂਰਨਾਮੈਂਟ ਦੀਆਂ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ, ਗੁਲਾਬੇ ਵਾਲੀ ਦੀ ਧਰਤੀ ਦਾ ਮੇਲਾ ਕਦੇ ਸਫਲਤਾ ਵੱਲ ਨੂੰ ਜਿਹੜਾ ਵਧਦਾ ਜਾ ਰਿਹਾ ਹੈ ਤੇ ਗੱਲਾਂ ਬਾਤਾਂ ਕਦੇ ਦੂਰ ਦੁਰਾਡੇ ਜਿਹੜੀਆਂ ਹੁੰਦੀਆਂ ਨੇ ਅੱਜ ਦੇ ਇਸ ਖੇਡ ਟੂਰਨਾਮੈਂਟ। ਇਸ ਤੋਂ ਬਾਅਦ ਫਾਈਨਲ ਮੈਚ ਵੀਰੇ, ਲਾਕੇ ਬਰਸੀਮ ਤੇ ਇਸ ਤੋਂ ਬਾਅਦ ਫਾਈਨਲ ਮੈਚ ਮੱਕੀਆਂ ਨੇ ਨਲੂਏ ਦੀ ਨਵੀਂ ਯੂਕੇ ਮਣੀਪਾਲ ਬੀਐਚ ਲਾਲਚ ਦੇ ਕੀੜੇ ਕੰਟਰ ਓਕੇ ਮਣੀਪਾਲ ਬੀਐਚ ਬੰਦੇ ਇੱਕ ਦਿਨ ਉਹੀ ਕਰਜਾਈ ਸੁਖਪ੍ਰੀਤ ਸੁਰਿੰਦਰ ਗੈਲਾ ਗੁਰੂ ਸੰਦਾ ਬਾਬਾ ਧੰਨਵਾਦ, ਜਿੰਨੇ ਵੀ ਭਰਾ ਲਾਈਵ ਤੇ ਸਾਰਿਆਂ ਦਾ ਬਾਬਾ ਧੰਨਵਾਦ। ਢਾਈ ਹੁੰਦੇ ਨੇ ਜਰਪ੍ਰੀਤ ਸਿੱਧੂ ਮੱਲਾ ਕੈਨੇਡਾ ਮੇਰੇ 19 ਵੇਲੇ ਅੱਧ ਸਾਲ ਸਭ ਨਾਲੇ ਜ਼ਿੰਦਗੀ ਦੇ ਜਿਹੜੇ ਢਾਈ ਹੁੰਦੇ ਨੇ ਇਧਰਲੇ ਪਾਸੇ ਕਦੇ ਮੁੰਡਿਆਂ ਦੇ ਪਹਿਲੀਆਂ ਚ ਨੰਬਰ ਜਿਹੜੇ ਜੋੜ ਦਿੱਤੇ ਆ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਜਿਹੜੀ ਟੀਮ ਸਟੇਜ ਵਾਲੇ ਪਾਸੇ ਆ ਗਈ ਹੈ ਫਿਰੋਸ਼ਾ ਦੀ ਕਦੇ ਇੱਕ ਵੱਡੀ ਟੀਮ ਹੈ ਮੇਰੇ ਮਿੱਤਰੋ। ਚਰਚੇ ਕਦੇ ਲੰਬੇ ਹੁਣਾਂ ਦੇ ਹੁੰਦੇ ਨੇ ਕਦੇ ਅਰਸ਼ ਵਰਗੇ ਕਦੇ ਮੇਰੇ ਮਿੱਤਰੋ ਸੂਰਜ ਮਿਲ ਕੇ ਜਾਈ ਮੇਰੇ ਪ੍ਰਿੰਸ ਸਿੱਧੂ ਬਾਬਾ ਧੰਨਵਾਦ ਪ੍ਰਿੰਸ। ਸਕੋਰ ਕੀ ਹੈ ਬਾਈ, ਸਕੋਰ ਦੱਸ ਦਿਆ ਵੀਰੇ ਕਿੰਨੇ ਹੋ ਗਏ, 65 ਪਿੱਛੇ ਕਿੰਨੇ। ਕਿੰਨੇ ਪੁਆਇੰਟ ਆ? 2-0 ਦੋ ਪੁਆਇੰਟ ਫਿਰੋਜ਼ਸ਼ਾਹ ਬੀ, ਉਧਰ ਕੱਟਣ ਵਾਲੀ 0 ਆ ਜੇ, ਇਧਰ 2 ਉਧਰ 0 2 ਲਵ। ਓਕੇ ਓਕੇ ਮਨੀਪਾਲ ਬੀ ਐਚ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਿੱਧੂ। ਇਧਰ 2 ਐਵਰੇ ਉਧਰ 0 ਦੀਪ ਬਰਾੜ ਸੈਮੀ ਐਵਰੇ ਸੈਕੰਡ, ਇਸ ਤੋਂ ਬਾਅਦ ਫਾਈਨਲ ਹੈ ਕਾਲ ਗੇੜਾ ਫਾਈਨਲ 'ਚ ਹੈ। ਤਿੰਨ ਹੋ ਗਏ, ਤਿੰਨ ਮਨੇ ਚੇਂਜ ਐਵਰੇ 2-0 ਹੈ ਇਧਰ 2 ਉਧਰ 0 ਦੀਪ ਬਰਾੜ ਕਾਂਗਰਾ ਦੀ ਸਮੁੱਚੀ ਦੀਪ ਬਰਾੜ ਲੀਡਰਸ਼ਿਪ ਸੈਮੀ ਐਵਰੇ ਸੈਮੀ ਸੈਕੰਡ ਸੈਮੀ ਇਧਰ ਫਿਰੋਜ਼ਸ਼ਾਹ ਵੀ ਵੱਡੇ ਪਿਆਰ ਬੋਲਾਂ ਲਈ ਆ ਗਿਆ ਹੈ ਸਰਦਾਰ ਹਰਦੀਪ ਸਿੰਘ ਜੀ ਬਰਾੜ ਇਧਰ 2 ਉਧਰ 0 ਦੀ ਆਪ ਤੇ ਸਾਨ ਗਰੀਬਾਂ ਦੇ ਮਸੀਹਾ ਨੌਜਵਾਨ ਦਿਲਾਂ ਦੀ ਧੜਕਣ ਤੇ ਨਾਲ ਸਾਡੇ ਸਰਦਾਰ ਨਸਾਨ ਸਿੰਘ ਜੀ ਨਸਾਨ ਵੀਰ ਦੀ ਗਿੱਲ ਖੇਡਾਂ ਨੂੰ ਬੜਾ ਰਣਧੀਰ ਗਰੇ ਵਾਲ ਬੰਗੀ ਬਾਬਾ ਧੰਨਵਾਦ ਰਣਧੀਰ ਗਰੇ ਵਾਲ ਬੰਗੀ ਉਹ ਵੀ ਸਾਡੇ ਦਰਮਿਆਨ ਬਾਬਾ ਧੰਨਵਾਦ ਜੀ ਪੁੱਜ ਗਏ ਹੈ ਮੋਸਟ ਵੈਲਕਮ ਜੀ ਆ ਆਪਾਂ ਆਖਾਂਗੇ ਬਹੁਤ ਵੱਡਾ ਧੰਨਵਾਦ ਹੈ ਦੇਰ ਆਏ ਦਰਸਤ ਆਏ ਥੋੜੀ ਹਾਜ਼ਰੀ ਲੇਟ ਹੈ ਪਰ ਬਹੁਤ ਰਣੀਵੇਂ 0-2 ਫੇਰ ਚੇਂਜ ਉਧਰ 0 ਇਧਰ 2 ਪਿਆਰ ਦੇ ਸਦਕਾ ਪੁੱਜਿਆ ਰਿੰਕੂ ਖੇਡਦਾ ਵੀਰੇ ਫਿਰੋਜ਼ਸ਼ਾਹ ਬੀਚ 11000 ਦੇ ਕੰਨੇ ਵੱਡੇ ਸਹਿਯੋਗ ਇਹਨਾਂ ਖੇਡਾਂ ਦੇ ਲਈ ਹੈ ਬੜਾ ਪਿਆਰ ਹੈ ਸਰਦਾਰ ਖੁਸ਼ਦੀਪ ਸਿੰਘ ਜੀ ਬਰਾੜ ਸਾਹਿਬ ਤੇ ਸਰਦਾਰ ਨਸਾਨਵੀਰ ਜੀ ਗਿੱਲ ਉਹ ਵੀ ਭਰਾ ਚੇਚੇ ਤੌਰ ਤੇ ਪੁੱਜ ਗਏ ਹੈ
ਵੱਡਾ ਧੰਨਵਾਦ ਹੈ ਰਵਿੰਦਰ ਬਰਾੜ ਜੀ ਸਾਡੇ ਸਰਦਾਰ ਰਵਿੰਦਰ ਸਿੰਘ ਜੀ ਬਰਾੜ ਵੱਡਾ ਮਾਣ ਵੱਡਾ ਪਿਆਰ ਇਹਨਾਂ ਪੰਜਾਬੀ ਬੋਲਾਂ ਅਮਨ ਮੰਜੂਰ ਬਾਬਾ ਧੰਨਵਾਦ ਅਮਨ ਮੰਜੂਰ ਧੀਰ ਗਰੇ ਵਾਲੇ ਬੰਗੀ ਪਲਵਿੰਦਰ ਚੈਲ ਦੱਬ ਕੇ ਬਾਈਏ ਰੱਜ ਕੇ ਖਾਈਏ ਸੈਂਟਰ ਚ ਭਾਉ ਵਧਾਈਆਂ ਵੀਰੇ ਚੈਲ ਖਰਚ ਲਈਏ ਬਾਕੀ ਦਾਨ ਪੁੰਨ ਤੇ ਲਾਈਏ ਫਾਈਨਲ ਚ ਕਾਲੀ ਵਾਲਾ ਫਾਈਨਲ ਚ ਅਮਨ ਮੰਜੂਰ ਕਾਲੀ ਵਾਲਾ ਫਾਈਨਲ ਦਾਰਨਾ ਕਰੀਏ ਰੋਟੀ ਫਾਈਨਲ ਚ ਕਾਲੀ ਵਾਲਾ ਉਧਰ 0 ਇੱਧਰ 2 ਪਾਸਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਕਹਿੰਦੇ ਬੜੀਆਂ ਕਮਾਲ ਦੀਆਂ ਟੀਮਾਂ ਕਾਲੀ ਵਾਲਾ ਫਾਈਨਲ ਚ ਕਰਨ ਫਾਈਨਲ ਵਰਗਾ ਕਾਲੀ ਵਾਲਾ ਫਾਈਨਲ ਚ ਵੀਰੇ ਓਏ ਲਵਦੀਪ ਔਨ ਫਾਇਰ ਫੇਰ ਚੇਂਜ ਆ ਬਾਈ ਕੇ ਲੈ ਜਾਸ ਕਿੰਨੇ ਹੋ ਗਏ 2-0 ਆ ਦੋ ਜੀਰੋ ਇੱਧਰ ਦੋ ਉੱਧਰ ਜੀਰੋ ਤਿੰਨ ਜੀਰੋ ਕਰਨ ਸਰਾਮ ਬਾਬਾ ਧੰਨਵਾਦ 3 ਪੁਆਇੰਟ ਫਰੋਸ਼ਾ 20 ਦੇ ਹੋ ਗਏ ਵੀਰੇ ਉੱਧਰ 0 ਹੈ ਘੱਟਣ ਦੀ ਕਾਲੀ ਵਾਲਾ ਫਾਈਨਲ ਚ ਹਾਂ ਹੱਥ ਨਾ ਵੱਜੇ ਚਮੜੇ ਦੇ 3-0 ਜੀਰੋ 3 ਚੇਂਜ ਸਰਵਿਸ ਚੇਂਜ ਆ ਜੀ ਘੱਟਣ ਵਾਲੀ ਸਰਵਿਸ ਉੱਧਰ 0 ਇੱਧਰ 3 ਪੁਆਇੰਟ ਆ ਬਾਈ ਸੈਕਿੰਡ ਸੈਮੀ ਹੈ ਗੁਲਾਬੇ ਵਾਲਾ ਪਿੰਡ ਗੁਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਸ ਤੋਂ ਬਾਅਦ ਫਾਈਨਲ ਮੈਚ ਜੀਰੋ 3 ਚੇਂਜ ਆ ਜੀ ਚੇਂਜ ਆ ਜੱਸੀ 0-3 ਇੱਕ ਤਿੰਨ ਆ ਵੀਰੇ ਇੱਕ ਹੋ ਗਿਆ ਉੱਧਰ ਘੱਟਣ ਵਾਲੀ ਦਾ ਇੱਧਰ 3 ਪੁਆਇੰਟ 1-3 ਬਿਲਕੁਲ ਬਿਲਕੁਲ ਡਾਕਟਰ ਸੰਦੀਪ ਝੋਟਿਆਂ ਵਾਲੀ ਕਿਵੇਂ ਫਿੱਟ ਹੈ ਡਾਕਟਰ ਹੁਣ ਠੀਕ ਹੈ ਹੁਣ ਛੋਟੂ ਮਾਜਰਾ ਕਿਆ ਬਾਤ ਆ ਸਹੀ ਗੱਲ ਆ ਡਾਕਟਰ ਸੰਦੀਪ
ਗੁਰਦੇਵ ਵਿਰਕ, ਸਤਿ ਸ਼੍ਰੀ ਅਕਾਲ ਜੀ ਵਿਰਕ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਵਾਹ ਲਵਦੀਪ, ਲਵਦੀਪ ਓ ਮੁੰਡਾ ਗਿੱਲਾਂ ਦਾ, ਨੱਪੀ ਆਉਂਦਾ ਕਿੱਲੀ। ਸਰਵਿਸ ਫਰੋਸ਼ ਆ ਬੀ ਟੀਮ ਦੀ, ਦੂਜੀ ਸਾਈਡ ਟੀਮ ਘੱਟਿਆਂ ਵਾਲੀ। ਓਕੇ ਓਕੇ ਡਾਕਟਰ ਸੰਦੀਪ, ਗੁੱਡ ਗੁੱਡ। ਗੁਰਦੇਵ ਵਿਰਕ, ਵਧੀਆ ਵਧੀਆ ਵਿਰਕ ਸਾਹਿਬ, ਆਪਣੇ ਦੱਸੋ। ਖੁਸ਼ਵਿੰਦਰ ਸਰਾਂ, ਬਹੁਤ ਬਹੁਤ ਧੰਨਵਾਦ ਖੁਸ਼ਵਿੰਦਰ ਸਰਾਂ, ਥੈਂਕ ਯੂ ਬ੍ਰੋ। ਕੀ ਹਾਲ ਚਾਲ, ਸ਼ੇਅਰ ਤਾਂ ਕਰੋ ਮੇਰੇ ਵੀਰ ਸੋਹਣੇ, ਕਿਆ ਕਿਆ ਦੋ ਦੋ ਸ਼ੇਅਰ ਕਰੋ ਮੇਰੇ ਭਰਾ ਸੁਣੋ ਵੀਰੋ। ਇਸ ਤੋਂ ਬਾਅਦ ਫਾਈਨਲ ਕਾਲਗੀ ਵਾਲਾ, ਜਿੱਤਣ ਵਾਲੀ ਟੀਮ ਨੇ ਕਾਲਗੀ ਵਾਲੇ ਨਾਲ ਫਾਈਨਲ ਖੇਡਣਾ। ਗੁਲਾਬੀ ਵਾਲੇ ਦਾ ਬ੍ਰਾਂਡ ਕੱਪ ਦੇਖ ਰਹੇ ਹੋ ਲਾਈਵ 'ਤੇ, ਅਤੇ ਉੱਧਰ ਮੀਡੀਅਮ ਦੇ ਟੌਪ ਦੇ ਕੱਪ ਭੱਜੇ ਤੁਰੇ ਆਉਂਦੇ ਆ, ਪਟਾਕੇ ਬੜੇ ਪੈਣੇ ਆ। ਹਰਿਆਣੇ ਦੇ ਵੀ ਵੱਡੇ ਟੂਰਨਾਮੈਂਟ ਆ ਗਏ ਉੱਧਰ, ਬਹੁਤ ਬਹੁਤ ਧੰਨਵਾਦ। ਪੁਆਇੰਟ ਲੱਗ ਗਿਆ ਵੀਰੇ ਇੱਧਰ ਫਰੋਸ਼ਾ ਬੀ ਟੀਮ ਦਾ, ਚਾਰ ਹੋ ਗਏ ਮੁੰਡੇ, ਤਿੰਨ ਹੀ, ਅੱਛਾ ਤਿੰਨ ਇੱਕ ਚੇਂਜ ਆ ਇੱਧਰ, ਤਿੰਨ ਪੁਆਇੰਟ ਆ ਫਰੋਸ਼ਾ ਬੀ, ਇੱਕ ਪੁਆਇੰਟ ਉੱਧਰ ਘੱਟਣ ਵਾਲੀ, 3-1। ਬਿਲਕੁਲ ਬਿਲਕੁਲ, 19 ਮਾਰਚ ਜਤਨ ਕੰਬੋਜ ਸਲੇਮ ਸ਼ਾਹ ਦਾ ਮੁੱਢਾ ਕੱਪ, ਸਲੇਮ ਸ਼ਾਹ ਬ੍ਰਾਂਡ ਕੱਪ ਦੇਖੋਗੇ ਲਾਈਵ, 19 ਮਾਰਚ ਨੂੰ ਉੱਡਣਗੇ ਡੋਰੀਏ, 17 ਮਾਰਚ ਨੂੰ ਲਾਲਵਾਸ, 16 ਨੂੰ ਹਰਿਆਣੇ ਦਾ ਟੌਪ ਦਾ ਕੱਪ, ਰਾਜਸਥਾਨ ਦਾ ਕੱਪ, 15 ਨੂੰ ਚੱਕ ਜਮਾਲਗੜ੍ਹ, 14 ਨੂੰ ਚੂਰਮਰ ਖੇੜਾ, 20 ਨੂੰ 21 ਨੂੰ 22 23 27 3 6 ਮਾਰਚ। ਓ ਲਵਦੀਪ, ਹਾਏ ਓ ਰੱਬਾ ਮੇਰਿਆ, ਹਾਏ ਓ ਰੱਬਾ ਮੇਰਿਆ, ਕੜਤੀ ਚੱਕਿਆ ਜੋ ਅੱਗ। ਪਰਮਪਾਲ ਬਾਬਾ ਧੰਨਵਾਦ ਜੀ, ਹਰਿਆਣੇ ਵਾਲੇ ਕਰਦੇ ਵੀਰੇ ਟੂਰਨਾਮੈਂਟ ਅਪਡੇਟ। ਪਰਮਪਾਲ 17 ਨੂੰ ਤਾਂ ਲਾਲਵਾਸ ਹੈ, 16 ਨੂੰ ਵੀ ਕਰਦੇ ਅਪਡੇਟ ਆਪਾਂ, 16 ਨੂੰ ਵੀ ਕਰਦੇ ਅਪਡੇਟ। ਮਨਦੀਪ ਸਰਾਂ, ਬਹੁਤ ਬਹੁਤ ਧੰਨਵਾਦ ਮਨਦੀਪ। ਰਾਜਸਥਾਨ ਵੀ ਹੈ ਟੂਰਨਾਮੈਂਟ ਵੀਰੇ, ਢਾਬਾ ਚਲਾਰ, ਉਹ ਵੀ ਕਰਾਂਗੇ ਅਪਡੇਟ ਬਾਈ, ਕੱਲ੍ਹ ਨੂੰ ਕਰਦੇ ਅਪਡੇਟ। ਉੱਧਰ ਮੁੰਡੇ ਘੱਟਿਆਂ ਵਾਲੇ ਵੀ ਐਨ ਸਰਾ ਕਰਾਈ ਜਾਂਦੇ ਆ, ਇੱਧਰ ਫਰੋਸ਼ਾ ਬੀ। ਓਕੇ 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 ਡਾਕਟਰ ਸੰਦੀਪ, ਲੱਗਦਾ ਮੈਨੂੰ ਵੀ, ਬਾਕੀ ਪਤਾ ਕੋਈ ਨਹੀਂ। ਮਨਦੀਪ ਸਰਾਂ, ਵਧੀਆ ਵਧੀਆ ਮਨਦੀਪ। ਨਵਜੋਤ ਨੱਡਾ, ਚੱਕ ਜਮਾਲਗੜ੍ਹ, 15 ਮਾਰਚ। ਉੱਧਰ 31 ਮਾਰਚ ਦਾ ਵੀ ਵੱਡਾ ਕੱਪ ਭੱਜਾ ਤੁਰਿਆ ਆਉਂਦਾ, ਐਂ ਸੰਗਰੂਰ ਜ਼ਿਲ੍ਹੇ 'ਚ ਲੱਗਣੀਆਂ ਰੌਣਕਾਂ, ਮੀਡੀਅਮ ਬ੍ਰਾਂਡ ਕੱਪ, ਜ਼ਿਲ੍ਹੇ ਸੰਗਰੂਰ ਦੀਆਂ ਗੱਲਾਂ। ਹਾਏ ਓ ਰੱਬਾ, ਬੜਾ ਘੈਂਟ ਕੱਪ ਹੋਣਾ।
31 ਮਾਰਚ ਨੂੰ ਟੁੱਟਦੇ ਠੇਕੇ ਮੇਰੇ ਖਿਆਲ 'ਚ ਸ਼ਾਇਦ। ਜਗਸੀਰ ਸੰਧੂ ਬਾਈ ਇਟਲੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜਗਸੀਰ ਸੰਧੂ ਇਟਲੀ, ਬਾਬਾ ਧੰਨਵਾਦ ਪਰਮਪਾਲ, ਬਿਲਕੁਲ ਰਾਜਸਥਾਨ ਢਾਬਾ ਤਲਾਰ, ਗੋਲਡੀ ਸਿੱਧੂ, ਲਵਦੀਪ ਐਨ ਤਗੜੀਆਂ ਬਾਲਾਂ ਮਾਰੀ ਜਾਂਦਾ ਮੁੰਡਾ, ਲੱਭਾ ਫਰੋਸ਼ਾ 5-1 ਪੰਜ ਪੁਆਇੰਟ ਫਰੋਸ਼ਾ 20, 1 ਪੁਆਇੰਟ ਕੱਟਣ ਵਾਲੀ ਦਾ ਸੈਕਿੰਡ ਸੈਮੀ, ਜਿੱਤਣ ਵਾਲੀ ਟੀਮ ਨੇ ਫਾਈਨਲ ਪਹੁੰਚ ਜਾਣਾ ਮੁੰਡਿਓ, ਅਤੇ ਫਾਈਨਲ 'ਚ ਕਾਲੀ ਵਾਲਾ, ਕਾਲੀ ਵਾਲਾ ਟੀਮ ਅੱਜ ਕਾਫੀ ਟਾਈਮ ਬਾਅਦ ਫਾਈਨਲ 'ਚ ਆਈ ਹੈ ਮੁੰਡਿਓ। ਲੈ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ, ਗੱਭਰੂ ਦੇਸ ਮੇਰੇ ਦੇ ਸੋਹਣੇ, ਚੌੜੀਆਂ ਹਿੱਕਾਂ ਤੇ ਮਨਮੋਹਣੇ ਆ ਕੇ ਵਿੱਚ ਮੈਦਾਨਾਂ ਦੇ, ਆ ਦੇਖਣ ਵਾਲੇ ਹੁੰਦੇ ਦੋਸਤੋ ਜੋਰ ਜਵਾਨਾਂ ਦੇ, ਜਵਾਨਾਂ ਦੇ ਯਾਰ ਹੈ, ਸਫਲਤਾ ਫਿਰ ਜੁੜ ਗਈ ਹੈ, ਦੱਸੋ ਕਿਹੜੀ ਵਾਲਾ ਵੀ ਨੰਬਰ ਕਿੰਨੇ ਕਿੰਨੇ ਹੋ ਗਏ ਹੈ ਵੀ ਸਿੱਧੂ, ਫਰਕ ਮੈਨੂੰ ਕਾਫੀ ਲੱਗਦਾ ਹੈ। 31 ਮਾਰਚ ਦਾ ਗੋਲਡੀ ਕਰਦੇ ਅਪਡੇਟ ਸੰਗਰੂਰ, ਫਰਕ ਬੜੇ ਹੈ ਜੀ ਸੰਗਰੂਰ ਚ, ਤੇਰੇ ਮੇਰੇ ਹਾਲਾਤਾਂ ਦੇ, ਦੁਨੀਆ ਫੈਨ ਹੈ ਯਾਰਾਂ ਦੇ, 6-1 ਯਾਰ ਨੇ ਫੈਨ ਉਹਦੀਆਂ ਬਾਤਾਂ ਦੇ, ਫਰਕ ਬੜੇ ਹੈ ਜੀ ਕਨੀਨੀ ਤੇਰੇ ਮੇਰੇ ਹਾਲਾਤਾਂ ਦੇ, ਮੈਚ ਦੇ ਹਾਲਾਤਾਂ ਦੇ ਕਹਿੰਦੇ ਫਰਕ ਕਾਫੀ ਪੈ ਗਿਆ ਹੈ। ਸੂਰਜ ਜੀ ਦੱਸਿਓ ਨੰਬਰ 6 ਮੇ ਸੂਰਜਾ ਕਮੀਆਂ ਦੇ ਵਿਹੜੇ, 6 ਧਰਤੀ ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਲਦਾ ਰਹੀ ਮੇ ਸੂਰਜਾ ਕਮੀਆਂ ਦੇ ਵਿਹੜੇ, 6 ਨੰਬਰ ਫਿਰੋਜ਼ਪੁਰੀਆਂ ਦੇ ਫਿਰੋ ਸ਼ਹਿਰ ਵਾਲੇ ਮੁੰਡਿਆਂ ਦੇ ਹੈ, ਤੇ ਉੱਧਰ ਮੇਰੇ ਖਿਆਲ ਦੇ ਵਿੱਚ ਨੰਬਰ ਹਲੇ ਤੱਕ 1 ਹੈ, 5 ਨੰਬਰਾਂ ਦੀ ਲੀਡ ਹੈ, 7-1 ਮੁੰਡੇ ਨੇ ਦੇਖਦਿਆਂ ਦੇਖਦਿਆਂ ਦੌਰ ਬਦਲਦਾ ਮੁੰਡਿਆਂ ਨੇ, 7 ਹੋ ਗਿਆ, ਬੜਾ ਸੋਹਣਾ ਮੈਚ, ਗੁਲਾਬੇ ਦੀ ਧਰਤੀ ਸੈਮੀ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ, ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਲਓ 8ਵਾਂ ਨੰਬਰ ਚੰਦ ਬਾਜੇ ਵਾਲਾ, ਇਹ ਪੰਮੂ ਹੈ, ਇਹ ਤੇ ਕਹਿੰਦੇ ਸਪੈਡਿਆਂ ਨੂੰ ਬਾਲਾਂ ਲਾ ਦਿੰਦਾ, ਲਓ ਸਾਹਮਣੇ ਪੰਮੂ ਦੇ ਕਦੇ ਚਰਚੇ ਹੁੰਦੇ ਆ, ਉਧਰਲੇ ਪਾਸੇ ਕਦੇ ਗੋਪੇ ਵਰਗੇ, ਨਾਲ ਕਦੇ ਬੋਦੀ ਵਾਲੇ ਪਿੰਡ ਦਾ ਜੱਜ ਖੇਡਦਾ, ਇੱਕ ਪਾਸੇ ਰਾਜਦੀਪ ਤੇ ਦੋ ਕਦੇ ਸਕੇ ਭਰਾਵਾਂ ਦੀ ਜੋੜੀ ਖੇਡਦੀ, ਇੱਕ ਪਾਸੇ ਸੁਖਮਨ, ਐਨ ਕਦੇ ਟੀਮ ਉਧਰਲੇ ਪਾਸੇ ਵੀ ਸਿਰੇ ਦੀ ਬਣੀ ਹੈ, ਪੰਮੂ ਵਰਗੇ ਮੁੰਡੇ, ਐਨ ਕਦੇ ਟੀਮਾਂ ਬੜੇ ਚੋਟੀ ਦੀਆਂ ਬੜੀਆਂ ਨੇ, ਉਧਰਲੇ ਪਾਸੇ ਚੰਦ ਬਾਜੇ ਦੀ ਧਰਤੀ ਦਾ, ਦੁਨੀਆ ਰਸ਼ੀਅਨ ਟੈਂਕ ਕਹਿੰਦੀ ਹੈ, ਪਰ ਬਾਲ ਜਿਹੜੀ ਕਿੱਦੇ ਆਊਟ ਹੈ, ਪਰ ਸਫਲਤਾ ਜਿਹੜੀ ਆਪਾਂ ਵੇਖਾਂਗੇ, ਦਵਿੰਦਰ ਬਰਾੜ ਯੂਐਸਏ ਕਲੱਬ ਘੱਟਿਆਂ ਦੀ ਟੀਮ ਦੇ ਹਿੱਸੇ ਜਿਹੜੀ ਕਹਿੰਦੇ ਜਾ ਜੁੜ ਗਈ ਹੈ ਅਗਲੀ ਸਰਵਿਸ ਕਰਨ ਲਈ, ਗੋਪਾ ਕਹਿੰਦੇ ਮੇਰੇ ਮਿੱਤਰੋ ਘੱਟਿਆਂ ਦੀ ਧਰਤੀ ਦਾ ਮੁੰਡਾ ਕਦੇ ਢਿੱਲੋ ਪਰਿਵਾਰ ਦਾ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ, ਆਪਾਂ ਵੇਖਾਂਗੇ, ਆਹ ਮੁੰਡਾ ਵੀ ਕਹਿੰਦੇ ਆਲ ਇੰਡੀਆ ਤੱਕ ਖੇਡਿਆ ਤੇ ਚਰਚੇ ਕਦੇ ਵੱਡੇ ਹੋਏ ਨੇ, ਇੱਕ ਲੰਬੀ ਪਾਰੀ ਖੇਡਦਾ ਆ ਰਿਹਾ ਨਾ ਖੇਡ ਦੇ ਮੈਦਾਨਾਂ ਦੇ ਅੰਦਰ, ਵੀ ਬੈਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਇੱਕ ਮਿੰਟ ਵੀਰੇ ਇੱਕ ਮਿੰਟ, ਖੁੰਡ ਹਾ ਪੁਰਾਣੇ ਬੱਲੀਏ, ਇਹਨਾਂ ਡੋਲਿਆਂ ਨੇ ਸਾਰ ਦੇਣਾ ਕੰਮ, ਪਰਪਾਲ ਬਾਈ ਉਹਦੇ ਥੁੱਕ ਦੀ ਜੇ ਚੱਕੇ, ਓਕੇ ਓਕੇ, ਦੇਖੇ ਜਿੰਨੇ ਪਿੰਡ ਦੀ ਮੰਡੀਰ ਦੇ, ਉਹਨੇ ਵੇਖੇ ਆ ਨੀ ਕੱਲੇ ਐਤਵਾਰ ਜੱਟ ਦੇ, ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਦੇ, ਉਹਨੇ ਵੇਖੇ ਆ ਨੀ ਕੱਲੇ ਐਤਵਾਰ ਜੱਟ ਨੇ, ਵਾਕਈ ਕਹਿੰਦੇ ਗੱਲਾਂ ਵੱਡੀਆਂ, ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ,
ਬਾਕੀ ਯੋਧਿਆਂ ਦੀ ਵੱਖਰੀ ਜਮਾਤ ਬਿਲਕੁਲ ਬਿਲਕੁਲ ਕਰਮਾ ਸਿੰਘ ਵੀ ਕਹਿੰਦੇ ਉਹਨਾਂ ਦੀਆਂ ਬਿਲਕੁਲ ਕਰਮਾ ਸਿੰਘ ਜਿੰਨਾ ਚ ਕੋਈ ਗੱਲ ਬਾਤ ਹੁੰਦੀ ਹੈ ਕਹਿੰਦੇ ਉਹਨਾਂ ਦੀਆਂ ਹੁੰਦੀਆਂ ਸਿੱਧੂ ਨਹੀਂ ਆ ਕੋਈ ਗੱਲ ਬਾਤ ਹੁੰਦੀ ਹੈ ਸਿੱਧੂ ਨਹੀਂ ਆ ਬਾਈ 12:10 ਦਾ ਸਮਾਂ ਹੋ ਗਿਆ ਹੈ ਮੈਚ ਕਹਿੰਦੇ ਸੇਮੀ ਖੇਡਿਆ ਜਾ ਰਿਹਾ ਹੈ ਸੁੰਗਲ ਸਕਤੀ ਤਕੜੀ ਕੁੱਤਾ ਧੋਖਾ ਖਾ ਦੇਣਾ ਧੋਖਾ ਖਾ ਦੇਣਾ ਬੀਜੇ ਸੋਲਿਆਂ ਤੇ ਕਦੇ ਲੱਗਣ ਟਾਟਾ ਨਾ ਤੁਰ ਜਾਵਣ ਮਾਪੇ ਪੂਰੀਆਂ ਹੁੰਦੀਆਂ ਘਾਟਾ ਨਾ ਅਲਕ ਬੈਠ ਕਾ ਜੁੜਿਆ ਹਨੇਰੀ ਠਾ ਦੇਵੇ ਮਲੇ ਬੇਰੀ ਦਾ ਬੱਜਿਆ ਕੰਡਾ ਚੀਕ ਮਰਾ ਦੇਵੇ ਕੰਮ ਚ ਪਵੇ ਘੜਮ ਸਦਾ ਹੀ ਬੰਦੇ ਕਾਲੇ ਤੋਂ ਸੱਟ ਕਲੱਲੀ ਵੱਜਦੀ ਮਿੱਤਰਾ ਡਿੱਗ ਕੇ ਖਾਲੇ ਤੋਂ ਰਾਤ ਹਨੇਰੀ ਜੱਟ ਬਾਰੀ ਕਦੇ ਛੱਡ ਕੇ ਨੀ ਭੱਜਦੇ ਬੂਟ ਜਰਾਬਾ ਪਾ ਕੇ ਕਦੇ ਵੀ ਮਿੱਤਰਾ ਨੱਕੇ ਨੀ ਲੱਗਦੇ ਸ਼ਰਮਾ ਸਿੰਘ ਜਰਾਬਾ ਪਾ ਕੇ ਕਦੇ ਵੀ ਮਿੱਤਰਾ ਨੱਕੇ ਨੀ ਲੱਗਦੇ ਬੂਟ ਜਰਾਬਾ ਪਾ ਕੇ ਕਦੇ ਵੀ ਮਿੱਤਰਾ ਨੱਕੇ ਨਹੀਂ ਲੱਗਦੇ ਉਹ ਮੁੰਡਾ ਕਹਿੰਦੇ ਧੰਮ ਪਾਈ ਫਿਰਦਾ ਜੱਟ ਫੇਰਾ ਤਿਆਰ ਖੁੱਤੇ ਪਾਉਣ ਨੂੰ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹ ਕਹਿੰਦੇ ਚੰਦ ਵਾਜੇ ਵਾਲਾ ਹੈ ਮਿੰਟ ਲਾਈ ਦੇ ਚੱਕਰ ਤਿਆਰ ਕਹਿੰਦੇ ਫਿਰ ਸੈਂਟਰ ਚ ਆ ਗਿਆ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਬਾਬਾ ਜੀ ਗੁਪਤੇ ਦੇ ਕਹਿੰਦੇ 51,000 ਦੀ ਨਗਦ ਰਾਸ਼ੀ ਦੇ ਨਾਲ ਵੱਡੇ ਮਾਣ ਹੋਏ ਹੈ ਆਹ ਮੁੰਡਾ ਰਾਜਪ੍ਰੀਤ ਮਰਾੜੀ ਮਰਾੜੀ ਵੱਡੀ ਗਲਤੀ ਕਰ ਗਿਆ ਗੁਰੂ ਸੂਰਜੀ ਦੱਸੋ ਨੰਬਰ ਪੁੱਛੀ ਪੁਆਇੰਟ ਬਣਾ ਕਿੰਨੇ ਆ ਬਾਈ ਹੋ ਗਏ ਜੱਸੀ ਬਾਈ 7-2 ਲਓ ਸਾਹਮਣੇ 7-2 ਦਾ ਜਿਹੜਾ ਮੁਕਾਬਲਾ ਇੱਧਰ 7 ਪੁਆਇੰਟ ਫਰੋਜ਼ਾ ਵੀ ਦੇ 7-2 ਪੁਆਇੰਟ ਉਧਰ ਸਰਵਿਸ ਕਰ ਦਲੀ ਘਟਾਲੀ ਦੇ ਕਦੇ ਭਵਾਂ ਦਾ ਤਿਆਰ ਅਮਰ ਤਿਆਰ ਹੈ ਕਦੇ ਮੁੰਡਾ ਮਕਸਰੀਆ ਤੇ ਯਾਰ ਰਿੰਕੂ ਨੌਜਵਾਨ ਦੀ ਮੱਲ ਪੈਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਮਿਹਨਤ ਆ ਉੱਠ ਕੇ ਤੜਕੇ ਧੰਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਦੇ ਤੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਗੱਲ ਕਹਿੰਦੇ ਜਵਾਨੀ ਦੀ ਹੈ ਬੜਾ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਉਹ ਮੁੰਡਾ ਵਧਾਈਆਂ ਵਾਲਾ ਭਾਉ ਆ ਗਿਆ ਭਾਉ ਜਾਂ ਬਾਲ ਮਾਰੋ ਤੇ ਜਾਂ ਖਾਓ ਉਹ ਕਹਿੰਦੇ ਬਾਲ ਭਾਉ ਮਾਰ ਗਿਆ ਨੰਬਰ ਦੇਖਦਿਆਂ ਦੇਖਦਿਆਂ ਕਹਿੰਦੇ 8 ਹੋ ਗਿਆ 8 ਹੋ ਵੀਰੇ ਦਾਦੇ ਪੜਦਾਦੇ ਇਧਰ 8 ਉਧਰ 2 ਬੜਾ ਜੋੜੀਆਂ ਸੀ 8-2 ਪੋਤਿਆਂ ਨੇ ਪੈਲੀਆਂ ਮੁਕਾਦੀਆਂ ਕੁਝ ਲੋਕਾਂ ਨੇ ਤੇ ਜਹਾਜ਼ ਦੇ ਝੂਟਿਆਂ ਲਈ ਭਾਈਆਂ ਨਾਲ ਭੈਣਾਂ ਹੀ ਵਿਆਹ ਦੀਆਂ ਟਲਦੇ ਨੀ ਲੋਕ ਟਾਲੇ 9-2 ਕੈਨੇਡਾ ਜ਼ਿੰਦਗੀ ਚ ਜਿਹੜਾ ਸੰਗਰੂਰ ਨਹੀਂ ਗਿਆ ਸਾਈਕਲਾਂ ਸਕੂਟਰਾਂ ਦੇ ਲੱਗੇ ਨੇ ਬਤੇਰੇ ਪਰ ਬੰਦੇ ਦਾ ਵੀਰੇ ਕੋਈ ਸਟੈਂਡ ਨਹੀਂ ਰਿਹਾ ਸਾਈਕਲਾਂ ਸਕੂਟਰਾਂ ਦੇ ਲੱਗੇ ਨੇ ਬਤੇਰੇ ਪਰ ਬੰਦੇ ਦਾ ਵੀਰੇ ਕੋਈ ਹਾਂਜੀ 9-2 ਸਾਈਡਾਂ ਜਿਹੜੀਆਂ ਕਦੇ ਸਾਈਡਾਂ ਨੇ ਸਮੇਂ ਖੇਡ ਮੈਦਾਨ 2 ਪੁਆਇੰਟ ਘਟਾਲੀ ਦੇ ਕੈਮਰੇ ਸਾਹਮਣੇ ਘਟਾਲੀ ਟੀਮ ਵੇਦਿਆ ਜਿਹੜੀਆਂ ਸਾਈਡਾਂ 2 ਪੁਆਇੰਟ ਵੇ ਉਧਰ 9 ਪੁਆਇੰਟ ਫਰੋਸ਼ਾ ਬੀ ਦੇ ਇਧਰ 2 ਉਧਰ 9 ਦੀ ਬੀ ਟੀਮ ਦੇ ਤੇ 2 ਨੰਬਰ ਜਿਹੜੇ ਕਹਿੰਦੇ ਦਵਿੰਦਰ ਬਰਾੜ ਯੂਐਸਏ ਕਲੱਬ ਘਟਿਆਲੇ ਦੀ ਟੀਮ ਦੇ ਨੇ ਅੱਜ ਕਹਿੰਦੇ ਗੋਪੇ ਭਾ ਸਾਡੇ ਦਾ ਮਾਨ ਵੀ ਕਹਿੰਦੇ 51,000 ਦੀ ਨਗਦ ਰਾਸ਼ੀ ਨਾਲ ਕੀਤਾ ਹੈ ਕਦੇ ਕਦੇ ਜੱਜ ਨੂੰ ਗੱਡੀ ਭਾ ਸਾਡੇ ਦੇ 2-9-2-9-2 ਕਹਿੰਦੇ ਦਵਿੰਦਰ ਬਰਾੜ ਯੂਐਸਏ ਉਸ ਵੀਰ ਦੀ ਕਦੇ ਸਪੌਂਸਰ ਕੀਤੀ ਹੋਈ ਟੀਮ ਜਿਹੜੀ ਕਦੇ ਖੇਡਦੀ ਹੈ
ਪਰ ਫਰਕ ਜਿਹੜਾ ਵੱਡਾ ਕਹਿੰਦੇ ਪੈ ਚੁੱਕਿਆ ਹੈ। ਵੇਂਦਿਆਂ ਵੇਂਦਿਆਂ ਜਿਹੜੀਆਂ ਸਾਈਨਾਂ ਚੇਂਜ ਹੋ ਚੁੱਕੀਆਂ ਨੇ, ਵੀ ਤੇਰੇ ਵੇਂਦਿਆਂ ਵੇਂਦਿਆਂ ਤਾਰ ਬਦਲਤਾ ਗੱਭਰੂ ਨੇ, ਕੀ ਫਾਇਦਾ ਹੈ ਵਕਤ ਸੋਚ ਕੇ ਗਾਲੇ ਦਾ, ਦੌਰ ਬਿਨਾਂ ਪੱਟਾਂ ਤੇ ਥਾਪੀ ਵੱਜਦੀ ਨਾ, ਹੰਕਾਰ ਨਹੀਂ ਹੈ ਰੁਤਬਾ ਮੂਸੇ ਵਾਲੇ ਦਾ, ਉਹ ਜਿਗਰੇ ਸਿਰ ਤੇ ਚੋਪਰ ਟੁੱਟ ਟੁੱਟ ਪੈਂਦਾ ਏ, ਟੈਂਪੂ ਨੀ ਜੋ ਬੜਕਦੇ ਰਹਿੰਦੇ ਚੌਂਕਾਂ ਤੇ, ਕੁਝ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ, ਦੱਬ ਗਿਆ ਜੱਟ ਵਹਿਮ ਪਾਲਿਆ ਲੋਕਾਂ ਨੇ, ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ, ਉਹ ਦੱਬ ਗਿਆ ਜੱਟ ਵਹਿਮ ਪਾਲਿਆ ਲੋਕਾਂ ਨੇ। ਬੜਾ ਕਦੇ ਸੋਹਣਾ ਮੈਚ ਹੈ ਖੇਡ ਦੇ ਮੈਦਾਨ ਦੇ ਅੰਦਰ ਜਿਹੜਾ ਖੇਡਿਆ ਜਾ ਰਿਹਾ ਹੈ। ਇਧਰਲੇ ਪਾਸੇ ਗੋਪਾ ਬਾਲਾ ਮਾਰਨ ਵਾਲੀ ਮਸ਼ੀਨ ਕਹਿੰਦੇ ਆ ਮੁੰਡੇ ਨੂੰ, ਪਰ ਨੰਬਰ ਜਿਹੜੇ ਜੋੜਨੇ ਪੈਣੇ ਆ ਫੇਰ ਜਾ ਕੇ ਜਿਹੜਾ ਮੈਚ ਨੂੰ ਜਿੱਤਿਆ ਜਾਣਾ ਹੈ। ਗੋਪੇ ਜਾਂ ਕਹਿ ਦੇ ਜੱਜ ਨੂੰ ਵੀ ਬਾਲਾਂ ਜਿਹੜੀਆਂ ਲਾਉਣੀਆਂ ਪੈਣਗੀਆਂ, ਪੱਟੀਆਂ ਜਿਹੜੀਆਂ ਕਹਿੰਦੇ ਤੋੜਨੀਆਂ ਪੈਣਗੀਆਂ। ਪਰ ਇਧਰਲੇ ਪਾਸੇ ਨੰਬਰ ਮੇਰੇ ਖਿਆਲ ਚ ਤੀਜਾ ਮੁੰਡਿਆਂ ਨੇ ਜੋੜ ਦਿੱਤਾ, ਮਸਲਾ ਹਿੰਡ ਦਾ ਬਣ ਗਿਆ। ਗੋਪਿਆ ਬਾਲਾਂ ਦੋ ਤਿੰਨ ਹੋ ਗਏ ਵੀਰੇ, ਤਿੰਨ ਮਸਲਾ ਹਿੰਡ ਦਾ, ਤਿੰਨ ਬਾੜ ਹੋ ਗਏ ਘਟਾਲੀ ਦੇ, ਮਸਲੇ ਕਹਿੰਦੇ ਜਿੱਤਾਂ ਉਧਰ 9 ਬਾੜ ਬਣੇ ਹੋਏ ਆ, ਰੋਸ਼ਾ ਵੀਰ ਦੇ 9 ਇਧਰ 3 ਦੇ ਦਿਨ ਦਾ ਖੇਡਿਆ ਜਾ ਰਿਹਾ ਹੈ। ਸੈਮੀ ਮੈਚ ਆ ਸੈਮੀ, ਇਹ ਕੁੱਤਿਆਂ ਦੀ ਯਾਤ ਹੋਣੀ ਹੈ, ਇਧਰ 3 ਉਧਰ 9 ਕੱਢਦਾ ਜੋ ਗਾਲ ਸਕੇ ਨੂੰ, ਜਿਹਨੇ ਪਿਓ ਦੇ ਦਾੜੀ ਨੂੰ ਹੱਥ ਪਾਲਿਆ, ਗੱਡਾ ਖੜਾ ਹੋ ਜੇ ਨੂੰ ਪੁੱਤ ਕਹਿਣ ਨੂੰ, ਸੌਮ ਗਲੀਆਂ ਚ ਬੜੇ ਫਿਰਦੇ, ਜੰਮਣੇ ਨੇ ਮਾਰਕ ਤੇ ਸਿੰਦੇ ਸੋਹਣਿਆ, ਮਾਮਾ ਦੀ ਜੋ ਸਾਥੀ ਵਿੱਚੋਂ ਮਿਲਦੀ ਦਲੇਰੀ, ਦਸ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ, ਦਸ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ, ਸੀਨੀਆ ਮਾਮਾ ਦੇ ਸਿਰ ਪੁੱਤ ਦਲੇਰ ਪੁੱਤ ਕਹਿੰਦੇ ਖੇਡਰ ਮੋੜਨ ਵਾਲਾ ਵੀ ਧੰਨ ਧੰਨ ਗੱਭਰੂ, ਦੇਖ ਫੁੱਲਾਂ ਦਾ ਕਿਵੇਂ ਚਿਹਰੇ ਹੱਸਦੇ ਜਵਾਨਾਂ ਦੇ, ਉਧਰ 9 ਇਧਰ 3 93 ਭੁੱਲ ਕੇ ਵੀ ਲਾਉਣੀ ਨਾ, ਉਧਰ ਫਰੋਸ਼ਾ 20 ਇਧਰ ਘੱਟੇ ਵਾਲੀ, ਇਹ ਜਵਾਨੀ ਬਾਰ ਬਾਰ ਆਉਣੀ ਨਾ, ਮੱਲਾ ਮਾਰ ਲੈ ਜਵਾਨਾ, ਜਵਾਨੀ ਦੀ ਨਿੱਘ ਹੈ, ਜਵਾਨੀ ਦੇ ਬਹਾਰ ਹੈ, ਨਵੇਂ ਦੇਖ ਕੇ ਨੀ ਵਾਲਾ ਮੁੰਡਾ ਲਹਿਰੇ ਖਾਨੇ ਵਾਲਾ ਤਿਆਰ ਹੈ। ਲਓ ਸਾਹਮਣੇ ਕਹਿੰਦੇ ਮੁੰਡੇ ਜਿਹੜੇ ਤਿਆਰ ਪਰ ਤਿਆਰ ਦੇ, ਦੋਨੋਂ ਟੀਮਾਂ ਦਾ ਕਹਿੰਦੇ ਜ਼ੋਰ ਪੂਰਾ ਲੱਗਿਆ। ਉਧਰਲੇ ਪਾਸੇ ਜਿਹੜੀ ਜਿੱਤ ਗਈ ਖੇਡੂਗੀ ਕਾਲੀ ਵਾਲੀ ਟੀਮ ਨਾਲ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ, ਪਰ ਫੈਸਲੇ ਕਿੱਦਾਂ ਮੇਰੇ ਮਿੱਤਰੋ, ਇੰਨਾ ਜੱਸੀ ਬਾਈ 10-3 ਨੰਬਰ ਦਸਵਾਂ ਮੁੰਡਿਆਂ ਨੇ ਜੋੜ ਦਿੱਤਾ, ਨੰਬਰ ਕਹਿੰਦੇ ਦਸਵਾਂ ਜੋੜ ਦਿੱਤਾ, ਟੀਵੀ ਅਖਬਾਰਾਂ ਵਿੱਚ ਨਾਂ ਬੋਲਦਾ ਹੈ, ਇੱਕ ਨਹੀਂ ਉਹ ਥਾਂ ਥਾਂ ਬੋਲਦਾ ਹੈ, ਕਿਹਦਾ ਪੁੱਤ ਕਿਹਦਾ ਪੋਤਾ, ਚੰਡਿਆ ਕਿਹੜੇ ਕੋਚ ਵੀ ਮਹਾਨ ਦਾ, ਜਿੰਨਾ ਮਾਵਾਂ ਦੇ ਪੁੱਤ ਖੇਡਾਂ ਖੇਡਦੇ ਤੇ ਨਾਚ ਚਾਹੋ ਜੇ ਸਾਰੇ ਖਾਨ ਦਾ ਆਂਦਾ, ਨਾਚ ਚਾਹੋ ਜੇ ਸਾਰੇ ਖਾਨ ਦਾ ਆਂਦਾ, ਅੱਜ ਖਾਨਦਾਨ ਦਾ ਕਹਿੰਦੇ ਨਾਚ ਚਾ ਕਰਨ ਵਾਲੇ ਖਿਡਾਰੀ। ਇਸ ਤੋਂ ਬਾਅਦ ਫਾਈਨਲ ਮੈਚ ਵੀਰੇ, ਕਾਲੀ ਵਾਲਾ ਫਾਈਨਲ ਚ ਖੇਡਿਆ ਜਾ ਰਿਹਾ, ਇਸ ਤੋਂ ਬਾਅਦ ਫਾਈਨਲ ਮੈਚ, ਟੀਮਾਂ ਬੜੇ ਆਤਮ ਵਿਸ਼ਵਾਸ ਦੇ ਨਾਲ, ਬੜੀ ਜੀਵਦਾਰੀ ਦੇ ਨਾਲ, ਬੜੇ ਠਰਮੇ ਦੇ ਨਾਲ ਖੇਡ ਰਹੀਆਂ ਹੈ। ਵੱਡਾ ਮੈਚ ਅੱਜ ਦੇ ਦਿਨ ਦਾ ਗਲਾਬੇ ਵਾਲੇ ਦੀ ਧਰਤੀ ਤੇ ਖੇਡਿਆ ਜਾ ਰਿਹਾ ਹੈ। ਟੈਕਰ ਵੀ ਕਮਾਲ ਦੇ ਹੈ, ਸੂਟਰ ਵੀ ਸੋਹਣੇ ਯਾਰੋ, ਟੈਕਰ ਕਮਾਲ ਦੇ, ਚਾਰੇ ਪਾਸੇ ਚਰਚੇ ਨੇ, ਚੱਕਾਂ ਦੇ ਹੌਲਦਾਰ ਦੇ, ਪ੍ਰੋਫੈਸਰ ਵੀ ਸੋਹਣੇ ਯਾਰੋ, ਟੈਕਰ ਕਮਾਲ ਦੇ, ਚਾਰੇ ਪਾਸੇ ਚਰਚੇ ਨੇ, ਚੱਕਾਂ ਦੇ ਹੌਲਦਾਰ ਦੇ, ਜਿਹੜੀ ਪਾਰੀ ਹੌਲਦਾਰ ਖੇਡ ਗਿਆ ਉਹ ਵੀ ਕੋਈ ਕਹਿੰਦੇ ਬਿਰਲਾ ਟਾਮਾ ਖੇਡ ਸਕਦਾ ਹੈ। ਲਓ ਲਵਦੀਪ ਗਿੱਲਾਂ ਦਾ ਮੁੰਡਾ ਹੈ, ਇਹ ਵੀ ਮੁੰਡੇ ਦੀ ਕਹਿੰਦੇ ਬੜੀ ਚੜ੍ਹਾਈ ਹੈ, ਬੜਾ ਸੋਹਣਾ ਮੈਚ ਹੈ, ਇਹ ਵੀ ਮੁੰਡਿਆਂ ਦੇਖ ਪੱਲੂ ਕੰਨੀ, ਅੱਖੀਆਂ ਤੇ ਉਹੀ ਮਰ ਜਾਣਿਆ,
ਝਾਕਣੀ ਚ ਪੈ ਗਿਆ ਫਰਕ ਦੇ ਅੱਖੀਆਂ ਤੇ ਉਹੀ ਮਰ ਜਾਣੇ ਹੈ। 10 ਨੰਬਰ ਹੋ ਗਿਆ ਹੈ, ਹੁਣ 11ਵੇਂ ਦਾ ਵਾਧਾ ਕਿਹਨੇ ਕਰਨਾ ਹੈ? ਇਹਨੂੰ ਟੀਮਾਂ ਕਹਿੰਦੇ ਮੰਨੀਆਂ ਪਰਵੰਨੀਆਂ ਟੀਮਾਂ ਹੈ ਹੈ ਕਿਨੇ ਸਾਲ ਬੜੇ ਤਗੜੇ ਤਗੜੇ ਟੂਰਨਾਮੈਂਟ ਮੁੰਡਿਆਂ ਨੇ ਜਿੱਤੇ ਆ। 11 ਹੋ ਗਏ ਵੀਰੇ, 11 3 ਘੱਟਿਆਂ ਵਾਲੀ ਦਾ 11 3 ਤੇ ਮੁਰਗਾ ਬਣ ਗਿਆ ਲੱਭੀ ਢਾਲੀ ਵਾਲਾ ਸੋਢਾ ਯਾਰ ਉਧਰ 11 ਬੜ ਰੋਸ਼ਾ 20 ਤੇ 11 3 ਬੜ ਕੈਮਰੇ ਸਾਹਮਣੇ ਘੱਟਿਆਂ ਵਾਲੀ ਦੇ ਸਾਹਮਣੇ ਨੰਬਰ 11 3 ਸੈਕਟ ਸੇਮੀ ਹੈ ਸੈਕਟ ਸੇਮੀ ਕਰੀ ਗੱਲ ਮੁੰਡਿਆਂ ਕਾਲੀ ਵਾਲਾ ਫਾਈਨਲ 11 ਤੋਂ 3 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਉਧਰ ਨੰਬਰ 12ਵੇਂ ਲਈ ਮੁੰਡਿਆਂ ਨੇ ਸਰਵਿਸ ਜਿਹੜੀ ਕਦੇ ਕਰ ਦਿੱਤੀ ਹੈ। ਇੱਕ ਪਾਸੇ ਫਿਰੋਸ਼ਾ ਦੀ ਕਦੇ ਬੀ ਟੀਮ ਹੈ, ਇੱਕ ਵੱਡੀ ਟੀਮ ਹੈ ਤੇ 3 11 6 ਇਹ ਸਾਲ 11 ਜੀ ਜਬਈ ਬੱਲੇ ਬੱਲੇ ਜਿਹੜੀ ਕਰਵਾਈ ਹੈ ਤੇ 11 ਬਾੜ ਕਦੇ ਲਗਾਤਾਰ ਵੱਡੇ ਵੱਡੇ ਖੇਡ ਮੇਲੇ ਜਿੱਤ ਕੇ ਨਾ ਖੇਡ ਮੇਲਿਆਂ 'ਚ ਐਨ ਕਦੇ ਬੱਲੇ ਬੱਲੇ ਜਿਹੜੀ ਕਦੇ ਕਰਵਾਈ ਹੈ ਤੇ ਅੱਜ ਕਦੇ ਧਰਤੀ ਗੁਲਾਬੇ ਵਾਲੇ ਦੀ ਗੱਲ ਕਿਹੋ ਜੀ ਬਣਦੀ ਹੈ। ਬਾਲ ਜਿਹੜੀ ਆਊਟ ਤੇ ਸਫਲਤਾ ਫੇਰ ਕਦੇ ਘੱਟਿਆਂ ਦੀ ਟੀਮ ਦੇ ਜਿਹੜੇ ਇੱਕ ਵੱਡੀ ਟੀਮ ਹੈ ਗੋਪੇ ਵਰਗੇ ਮੁੰਡੇ 4 11 ਦੇ ਟਾਪ ਦੀ ਬਣੀ ਹੈ ਦਿੰਦੇ ਆ ਪਹਾੜ ਹੁੰਦਾ ਜਿੰਨਾ ਚ ਜਨੂਨ ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਵੀ ਹੁੰਦੇ ਕਦੇ ਮਰਦ ਦਲੇਰ 4 11 ਹੋ ਗਏ ਵੀਰੇ 4 ਉਧਰ 11 ਦੇ ਪੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜੰਗ ਕਹਿੰਦੇ ਜਾਰੀ ਹੈ ਸੈਮੀ ਫਾਈਨਲ ਮੈਚ ਪਰ ਇਧਰਲੇ ਪਾਸੇ ਗੋਪਾ ਕਹਿੰਦੇ ਲਓ ਗੋਪਾ ਕਹਿੰਦੇ ਗਲਤੀ ਕਰ ਗਿਆ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਚੰਦ ਵਾਜੇ ਨੂੰ ਸਮਝਾਉਂਦੇ ਚੰਦ ਵਾਜੇ ਵਾਲਿਆ ਸਮਝਾ ਜੇ ਅੜਕੇ ਘੱਟਿਆਂ ਵਾਲੇ ਪਤਾ ਤੈਨੂੰ ਵੀ ਹੈ ਫਿਰ ਗੱਲਾਂ ਹੋਰ ਤੋਂ ਹੋਰ ਸੋਹਣਾ ਮੈਚ ਲਹਿਰੇ ਖਾਨੇ ਵਾਲਾ ਉੱਚਾ ਲੰਮਾ ਕੱਦ ਵਿੱਚ ਜਾਣ ਹੈ ਬੜੀ ਉਹ ਸਾਹਮਣੇ ਭੁੱਚੂ ਕੋਲੇ ਲਹਿਰਾ ਪਿੰਡ ਹੈ ਮੁੰਡੇ ਦਾ ਬੜਾ ਵਧੀਆ ਮੈਚ ਇਹ ਭੁੱਚੂ ਵਾਲੇ ਕਹਿੰਦੇ ਲੱਕੀ ਦਾ ਚੰਡਿਆ ਹੋਇਆ ਪੱਠਾ ਹੈ ਗੁਰੂ ਬਿਨਾਂ ਜੋੜਿਆ ਗਿਆਨ ਹੁੰਦਾ ਨੀ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨੀ ਬਾਪੇ ਸਿੱਖੇ ਬਿਨਾਂ ਯਾਰਾ ਕੱਲ ਨਾ ਬਣੇ ਅੱਜ ਨਾ ਬਣੇ ਤੇ ਭਾਵੇਂ ਕੱਲ ਨਾ ਬਣੇ ਨਹੀਂ ਵੀ 12 ਹੋ ਗਏ ਨੰਬਰ ਰਵਨ 13 ਹੋ ਗਏ ਕਿ 12 ਅਸੀਂ 12 ਹੋ ਗਏ ਹਾਂਜੀ 12 ਹੋ ਗਏ 5 ਕੁ ਨੰਬਰਾਂ ਦੀ ਖੇਡ ਬਾਕੀ ਹੈ 12 ਬਾੜ ਵੀਰੇ ਲਓ ਭਾਊ ਕਹਿੰਦੇ ਮੁਕਸਰੀਆ ਮੁੰਡਾ ਇਸੇ ਜਿਹੜਾ 12 ਬਾੜ ਹੋ ਗਏ ਫਰੋਜ਼ਾ 20 ਦੇ ਸਰਵੇ ਫੇਰ ਇੱਧਰ ਮੁਕਸਰ ਦਾ ਮਾਘੀ ਦਾ ਮੇਲਾ 5 ਬਾੜ ਮੇਰੇ ਖਿਆਲ ਪੂਰੀ ਦੁਨੀਆ ਦੇ ਵਿੱਚ ਕਿੰਨੇ ਮਸ਼ਹੂਰ ਹੈ ਮੁਕਸਰੀਏ ਘੋੜੇ ਰੱਖਣ ਦੇ ਸ਼ਕੀਨ ਹੈ ਔਰ ਸਾਹਮਣੇ ਅੱਜ ਮੁਕਸਰ ਜ਼ਿਲ੍ਹੇ ਦਾ ਗੁਲਾਬੇ ਵਾਲਾ ਪਿੰਡ ਹੈ ਗੱਲਾਂ ਚੱਲਦੀਆਂ ਬੜਾ ਤਕੜਾ ਮੈਚ 4-5 ਕੁ ਨੰਬਰ ਇਸ ਮੈਚ ਦੇ ਬਾਕੀ ਹੈ ਤੇ ਸਫਲਤਾ ਮੈਨੂੰ ਲੱਗਦਾ ਵੀ 13 ਹੋ ਗਿਆ ਨੰਬਰ 13 ਨੇ ਕਦੇ ਜੋੜ ਦਿੱਤਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਆਪਾਂ ਵੇਖਾਂਗੇ ਅਗਲੀ ਸਰਵਿਸ ਕਰਨ ਲਈ ਫੇਰ ਖਿਡਾਰੀ ਜਿਹੜਾ ਕਹਿੰਦੇ ਤਿਆਰ ਬਰ ਤਿਆਰ ਹੈ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 40 ਬਖਤਿਆਂ ਦੀ ਧਰਤੀ ਮੇਰੇ ਮਿੱਤਰੋ ਬੜਾ ਕਦੇ ਇਤਿਹਾਸ ਹੈ ਇਸ ਨਗਰ ਦਾ ਤੇ ਚਰਚੇ ਕਦੇ ਹੁੰਦੇ ਆ ਬਹੁਤ ਸੋਹਣਾ ਮੁਕਾਬਲਾ ਜਿਹੜਾ ਕਦੇ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਵੀ 4 ਪੁੱਤ ਬਾਰੇ 5ਵੀਂ ਮਾਂ ਬਾਰੀ 6ਵਾਂ ਬਾਪ ਬਾਰਿਆ ਤੇ 7ਵਾਂ ਆਪ ਬਾਰਿਆ 7 ਵਾਰ ਕੇ ਕਹਿਣਾ ਭਾਣਾ ਮਿੱਠਾ ਲੱਗੇ ਤੇਰਾ ਤੇ ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਲਓ ਸਾਹਮਣੇ ਗੁਰੂਆਂ ਪੀਰਾਂ ਦੀ ਬੜੀ ਕਦੇ ਅਪਰਮ ਪਾਰ ਕਿਰਪਾ ਇਹਨਾਂ ਪਿੰਡਾਂ ਦੇ ਉੱਪਰ ਤੇ ਅੱਜ ਕਦੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਇਸ ਤੋਂ ਬਾਅਦ ਮੇਰੇ ਫਾਈਨਲ ਮੈਚ ਦੀ ਟੀਮ ਕਾਲੀਅਰ ਦੀ ਟੀਮ ਦੇ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਰਹਿਣਗੇ ਇਹ ਮੇਰੀ ਬੇਨਤੀ ਹੈ ਭਰਾਵਾਂ ਨੂੰ
ਫਾਈਨਲ ਮੈਚ ਵੀ ਆਪਾਂ ਜਿਹੜਾ ਨਾਂ ਦੀ ਨਾਲ ਹੀ ਸ਼ੁਰੂ ਕਰ ਦੇਣਾ, ਗੱਲਾਂ ਬਾਤਾਂ ਹੋਣ ਗਈਆਂ। ਇੱਕ ਮੈਚ ਜਿਹੜਾ ਆਪਣੇ ਕੋਲ ਬਾਕੀ ਆ, ਬਹੁਤ ਵਧੀਆ ਜਿਹੜਾ ਮੈਚ ਹੈ, ਪਰ ਫਰਕ ਜਿਹੜਾ ਫਾਈਨਲ ਬਾਕੀ ਹੈ। ਇਸ ਤੋਂ ਬਾਅਦ ਫਾਈਨਲ ਮੈਚ, ਇੱਕ ਪਾਸੇ ਝੱਟਿਆਂ ਦੀ ਟੀਮ ਤੇ ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ, ਇੱਕ ਪਾਸੇ ਜ਼ਿਲ੍ਹਾ ਫਾਜ਼ਿਲਕਾ ਤੇ ਚਰਚਿਕ ਦੇ ਦੋਨਾਂ ਟੀਮਾਂ ਦੇ ਵੱਡੇ ਹੈ। ਇਸ ਸਾਲ ਕਹਿੰਦੇ ਸਭ ਤੋਂ ਵੱਧ ਮੇਲੇ ਜਿਹੜੇ ਕਹਿੰਦੇ ਘੱਟਿਆਂ ਦੀ ਟੀਮ ਨੇ ਜਿੱਤੇ ਹੈ। ਪੰਜਾਬ ਦੇ ਕਹਿੰਦੇ ਆਸ਼ਕਨ ਐਨ ਕਹਿੰਦੇ ਮੁੰਡਿਆਂ ਦੀ ਬੱਲੇ ਬੱਲੇ ਜਿਹੜੀ ਕਹਿੰਦੇ ਹਰੇਕ ਟੂਰਨਾਮੈਂਟ ਦੇ ਹੋਈ ਹੈ ਤੇ ਚਰਚੇ ਕਹਿੰਦੇ ਖੁਸ਼ੀ ਦੇ ਹੋਏ ਹੈ ਲਗਾਤਾਰ। ਢਿੱਲੋਂ ਸਾਹਿਬ 14 ਟੂਰਨਾਮੈਂਟਾਂ ਦਾ ਮੁੰਡਾ ਕਹਿੰਦੇ ਬੈਸਟ ਰਿਹਾ ਹੈ। ਘੱਟਿਆਂ ਵਾਲੇ ਪਿੰਡ ਦੇ ਖੁਸ਼ੀ ਦੀ ਗੱਲਬਾਤ ਹੋਈ ਹੈ, ਅੱਜ ਕਹਿੰਦੇ ਭਰਾ ਕਿਸੇ ਕਾਰਨ ਜਿਹੜਾ ਨਹੀਂ ਪੁੱਜ ਸਕਿਆ, ਬੜਾ ਟੌਪ ਦਾ ਮੈਚ ਹੈ। ਇੱਧਰਲੇ ਪਾਸੇ ਅੱਜ ਕਹਿੰਦੇ ਗੋਪੇ ਨੇ ਵਾਪਸੀ ਜਿਹੜੀ ਕੀਤੀ ਹੈ। ਵਾਕਈ ਵੀ ਅੱਜ ਠੇਕੇਦਾਰ ਹੁੰਦਾ ਤੇ ਗੱਲ ਵੱਖਰੀ ਬਣਾ ਦੇਣੀ ਸੀ, ਠੇਕੇਦਾਰ ਹੁੰਦਾ ਤੇ ਮੈਚ ਦਾ ਰੁੱਖ ਕੁਝ ਹੋਰ ਹੋਣਾ ਸੀ। ਜਿੱਤ ਹਾਰ ਗੱਲ ਅਲੱਗ ਹੈ, ਪਰ ਜੇ ਠੇਕੇਦਾਰ ਹੁੰਦਾ ਤੇ ਮੈਚ ਦੇ ਨਜ਼ਾਰੇ ਕੁਝ ਹੋਰ ਹੋਣੇ ਸੀ। ਫਰਕ ਹੁੰਦਾ ਪੌੜੀ ਇੱਕ, ਧਰਨ ਧਰਨ ਚ ਫਰਕ ਹੁੰਦਾ, ਮੌਤ ਇੱਕ, ਮਰਨ ਮਰਨ ਚ ਫਰਕ ਹੁੰਦਾ, ਗੱਲ ਇੱਕ, ਕਰਨ ਕਰਨ ਚ ਫਰਕ ਹੁੰਦਾ। ਫਰਕ ਹੈ ਸਾਹਮਣੇ ਲਹਿਰੀ ਖਾਨੇ ਵਾਲਾ ਤੇ ਸਫਲਤਾ ਕਹਿੰਦੇ ਫਿਰ ਜੁੜ ਗਈ ਹੈ। ਨੰਬਰ ਬੜਾ ਕੀਮਤੀ ਹੈ, ਇੱਕੋ ਰੱਸੇ ਬੰਨੀਆਂ ਨਾ ਜਾਣ ਯਾਰੀਆਂ, ਕਈ ਵਾਰੀ ਆਪਣੇ ਵੀ ਕਰ ਜਾਂਦੇ ਮਾੜੀਆਂ। ਦਿਨ ਵਿੱਚ ਜਿਹੜੇ ਹੁੰਦੇ ਆ ਭਰਾ ਤੇ ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ, ਹੁੰਦੇ ਨਾ ਬਦਾਮਾ ਨਾ ਦਿਮਾਗ ਤੇ ਇੰਨੀ ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ, ਧੱਕੇ ਖਾਣੇ ਪੈਂਦੇ ਆ ਫਿਰ ਕਿਤੇ ਜਾ ਕੇ ਕਹਿੰਦੇ ਦੁਨੀਆਦਾਰੀ ਦੀ ਸਮਝ ਪੈਂਦੀ ਹੈ ਤੇ ਉਦੋਂ ਨੂੰ ਬੰਦੇ ਦੀ ਉਮਰ ਨੇੜੇ ਲੱਗ ਜਾਂਦੀ ਹੈ। ਇਹ ਦੁਨੀਆ ਰੰਗ ਬਿਰੰਗੀ ਹੈ, ਕੁਝ ਮਾੜੀ ਤੇ ਕੁਝ ਚੰਗੀ ਹੈ, ਇਹ ਦੁਨੀਆ ਰੰਗ ਬਿਰੰਗੀ ਹੈ, ਰੰਗ ਬਿਰੰਗੀ ਦੁਨੀਆ ਹੈ। ਬਹੁਤ ਸੋਹਣਾ ਮੈਚ, ਲਓ ਪੰਮਾ, ਕੋਈ ਪੰਮੂ ਕਹਿੰਦਾ ਕੋਈ ਪੰਮਾ ਕਹਿੰਦਾ, ਮਲਕ ਦਾ ਪੰਮਾ ਵੀ ਕਿਸੇ ਤੋਂ ਘੱਟ ਹੀ ਨੀ, ਮੱਲੋ ਦੇ ਗੋਪੇ ਵਰਗਾ ਕੋਈ ਦੇਸੀ ਯੱਕ ਹੀ ਨੀ। ਗੱਲਾਂ ਕਦੇ ਮਲਕ ਦੇ ਪੰਮੇ ਦੀਆਂ ਚੱਲੀਆਂ। ਬੜਾ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ, ਪਰ ਚੰਦ ਵਾਜੇ ਵਾਲਾ ਇਹ ਵੀ ਚੰਦ ਵਾਜੇ ਵਾਲਾ, ਜੇ ਅੱਜ ਬੈਸਟ ਹੁੰਦੇ ਤੇ ਤੇਰਾ ਨੰਬਰ ਪਹਿਲੇ ਨਾਮ ਦੇ ਵਿੱਚ ਆਉਣਾ ਸੀ, ਤੇਰਾ ਨਾਮ ਪਹਿਲੇ ਨੰਬਰਾਂ ਚ ਆਉਣਾ ਸੀ। ਜੇ ਆਹ ਮੈਚ ਦੇ ਵਿੱਚ ਗੱਲ ਬੈਸਟ ਵੀ ਕਰਦੇ ਤਾਂ ਉਹ ਚੰਦ ਵਾਜੇ ਵਾਲਾ ਖੇਡ ਮੈਦਾਨ ਦੇ ਵਿੱਚ ਸੋਹਣਾ ਖੇਡ ਰਿਹਾ, ਭਲਵਾਨੀ ਸਰੀਰ ਹੈ ਮੁੰਡੇ ਦਾ, ਬੜਾ ਵਧੀਆ ਮੁਕਾਬਲਾ ਹੈ। ਇਹਦੇ ਮਾਣ ਵੀ ਕਹਿੰਦੇ ਮੋਟਰਸਾਈਕਲਾਂ ਦੇ ਨਾਲ, ਨੁਕਰੇ ਘੋੜਿਆਂ ਦੇ ਨਾਲ ਹੋਏ ਆ। ਵੱਡਾ ਖਿਡਾਰੀ ਆ ਸਾਡੀ ਖੇਡ ਦਾ, ਪਹਿਲਾਂ ਕਬੱਡੀ ਵੀ ਬਹੁਤ ਤਕੜੀ ਖੇਡਿਆ ਤੇ ਬਾਅਦ ਦੇ ਵਿੱਚ ਕਹਿੰਦੇ ਵਾਲੀਬਾਲ ਖੇਡਣ ਲੱਗ ਗਿਆ, ਮਿਸਰੀ ਵਾਲੇ ਦੀ ਟੀਮ ਦੇ ਲਈ ਖੇਡਦਾ ਧੂੜ ਕੋਟੀਆ ਕੰਡਾ ਬਣ ਗਿਆ ਤੇ ਧੂੜ ਕੋਟੀਆ ਕਿੰਡੇ ਤੋਂ ਕਹਿੰਦੇ ਚੰਦ ਵਾਜੇ ਵਾਲਾ ਬਣ ਗਿਆ। ਬਾਅਦ ਚ ਪਤਾ ਲੱਗਿਆ ਵੀ ਜੱਦੀ ਪਿੰਡ ਚੰਦ ਵਾਜਿਆ ਮੁੰਡੇ ਦਾ, ਇਹ ਗੱਲਾਂ ਕਹਿੰਦੇ ਬਾਅਦ ਚ ਪਤਾ ਲੱਗਿਆ। ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ, ਤੰਮੂ ਵੀ ਕਹਿੰਦੇ ਟਿੱਚਰਾਂ ਕਰਦਾ, ਰਾਹ ਰਾਜਪ੍ਰੀਤ ਚੂਚੀ ਦਾ ਵੀਰ ਹੈ, ਦੋ ਸਕੇ ਵੀਰ ਕਹਿੰਦੇ ਇੱਕ ਸਾਈਡ ਤੇ ਖੇਡ ਰਹੇ ਹੈ, ਇੱਕੋ ਘਰ ਦੇ ਸਕੇ ਵੀਰਾਂ ਦੀਆਂ ਕਈ ਜੋੜੀਆਂ ਮਾਲੀਵਾਲ ਦੇ ਵਿੱਚ ਖੇਡਦੀਆਂ ਹੈ, ਬ੍ਰਾਂਡ ਹਾਊਸ ਵਿੱਚ ਵੀ ਸਕੇ ਵੀਰਾਂ ਦੀਆਂ ਕਈ ਜੋੜੀਆਂ ਤੇ ਵਾਲੀਵਾਲ ਖੇਡਦੀਆਂ। ਪਰ ਬਾਲ ਫਾਲ ਤੇ ਸਫਲਤਾ ਫਿਰ ਕਹਿੰਦੇ ਜੁੜ ਗਈ ਹੈ। ਲੈ ਵੀ ਦਸ ਸੂਰਜ ਕਿੰਨੇ ਨੰਬਰ ਹੈ, ਲੈ ਵੀ ਜੱਸੀ ਬਾਈ ਕਿੰਨੇ ਹੋ ਗਏ, 14 ਤੇ 7, ਅੱਧੋ ਅੱਧ ਦਾ ਫਰਕ ਜਿਹੜਾ ਕਹਿੰਦੇ ਪੈ ਗਿਆ ਹੁਣ 14 ਤੇ 7 ਦਾ ਜਿਹੜਾ ਮੁਕਾਬਲਾ। ਅਗਲੀ ਸਰਵਿਸ ਕਰਨ ਲਈ ਖਿਡਾਰੀ ਫੇਰ ਜਿਹੜੇ ਕਹਿੰਦੇ 70-70 ਮਾਰ ਕੇ ਜਿਹੜੇ ਤਿਆਰ ਪਰ ਤਿਆਰ ਨੇ। ਤੇਰੇ ਲਈ 100 ਰੁਪਿਆ ਆਇਆ ਗਾ ਬਾਈ, ਬ੍ਰਾਂਡ ਹਾਊਸ ਮੈਨਜ਼ ਵੀਰ ਵੱਲੋਂ।
ਵਾਹ ਜੀ ਵਾਹ। ਉਧਰਲੇ ਪਾਸੇ ਭਰਾ ਸਾਡੇ ਬ੍ਰਾਂਡ ਹਾਊਸ ਵਾਲੇ ਵੱਡੇ ਜਿਹੜੇ ਕਾਰੋਬਾਰ ਹੋਣਗੇ ਆਉਣ ਵਾਲੇ ਦਿਨਾਂ ਚ, ਭਰਾਵਾਂ ਦੇ ਵੱਲੋਂ ਜਿਹੜੀ ਓਪਨਿੰਗ ਹੋਣੀ ਹੈ ਤੇ ਭਰਾ ਸਾਡਿਆਂ ਦੇ ਵੱਲੋਂ ਜਿਹੜੇ ਵੱਡੇ ਜਿਹੜੇ ਮਾਣ ਪਿਆਰ ਸਾਡਿਆਂ ਨੇ ਜਿਹੜੇ ਪੁੱਛਦੇ ਕੀਤੇ ਆ ਬ੍ਰਾਂਡ ਹਾਊਸ, ਨਿਊ ਹਾਊਸ ਹੈ ਮੈਨਸ ਵੀਅਰ, ਠੀਕ ਹੈ ਜੀ ਬ੍ਰਾਂਡ ਹਾਊਸ ਮੈਨਸ ਵੀਅਰ। ਭਰਾ ਸਾਡੇ ਜੈ ਕਾਠਪਾਲ ਵਰਗੇ ਵੀਰ ਨੇ ਸਾਡੇ ਉਹਨਾਂ ਵੀਰਾਂ ਦੇ ਵੱਲੋਂ ਇਹਨਾਂ ਬੋਲਾਂ ਦੇ ਲਈ ਵੱਡੇ ਜਿਹੜੇ ਮਾਣ ਪਿਆਰ ਪੁੱਛਦੇ ਕੀਤੇ ਆ, ਬਹੁਤ ਵੱਡਾ ਧੰਨਵਾਦ ਹੈ ਤੇ ਸਤਿਕਾਰਯੋਗ ਵੀਰ ਨੇ ਸਾਡੇ। ਲਓ ਸਾਹਮਣੇ ਨੰਬਰ 14 ਮੁੰਡਿਆਂ ਨੇ 15 ਜਿਹੜਾ ਜੋੜ ਦਿੱਤਾ, ਲਓ ਨੰਬਰ 15 ਹੋ ਗਿਆ, 2 ਨੰਬਰ ਬਾਕੀ ਰਹਿ ਗਏ ਹੈ। ਕਾਲੀ ਵਾਲੀ ਟੀਮ ਆ ਗਈ ਗਰਾਊਂਡ 'ਚ, ਜੇਤੋ ਟੀਮ ਨੇ ਗਰਾਊਂਡ 'ਚ ਹੀ ਰਹਿਣਾ ਹੈ। ਤਰੀਕਾਂ ਬਦਲ ਗਈਆਂ, ਦਿਨ ਬਦਲ ਗਏ ਹੈ, 12:27 ਦਾ ਸਮਾਂ ਹੋ ਗਿਆ, 12:27 ਦਾ ਸਮਾਂ ਹੋ ਗਿਆ, ਤਰੀਕਾਂ ਦਿਨ ਬਦਲ ਗਏ ਹੈ। ਆ ਜਾਓ ਜਲਦੀ ਦੇ ਨਾਲ ਕਾਲੀ ਵਾਲਾ, ਉਧਰਲੇ ਪਾਸੇ ਐਤਵਾਰ ਵੀ ਕਿਤੇ ਪੁੱਜਿਆ, ਉਧਰਲੇ ਪਾਸੇ ਆਪਾਂ ਵੇਖਦੇ ਲਾਸਟ ਆ ਗਿਆ ਜੀ ਕਾਲੀ ਵਾਲਾ ਨਾਮੇ ਦੇ। ਹੁਣ ਕਹਿੰਦੇ ਕਮਲ ਦੀ ਜੋੜੀ ਵਿੱਚ ਵਿੱਕੀ ਬਰਾੜ, ਗਗਨ ਗੁੱਬਰ ਇੱਧਰ ਨੇੜ ਤੇ ਕਰਦੇ ਮੇਰੇ ਮੁੰਡੇ ਦਾ ਪਤਾ ਕਿਹੜਾ ਮੁੰਡਾ, ਵਿੱਕੀ ਬਰਾੜ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਹੈ ਘਟਣੇ ਚ ਸੈਮੀ ਪਾਵਰ ਫਾਈਨਲ ਚ ਕਾਲੀ ਵਾਲਾ ਵੀਰੇ, ਕਾਲੀ ਵਾਲੇ ਕਾਲੀ ਫਾਈਨਲ ਮੈਚ, ਫਾਈਨਲ ਮੈਚ ਜਿਹੜਾ ਬਾਕੀ ਅੱਜ ਇਸ ਵੱਡੇ ਖੇਡ ਟੂਰਨਾਮੈਂਟ ਦਾ, ਗੁਲਾਬੇ ਵਾਲੇ ਦਾ ਕਹਿੰਦੇ ਵੱਡਾ ਖੇਡ ਮੇਲਾ ਸਫਲਤਾ ਵੱਲੋਂ ਬੱਲੇ 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 ਬਾਲ ਆਊਟ ਜੀ ਫਰੋਸ਼ਾ ਵੀ ਕਾਲੀ ਵਾਲਾ ਫਾਈਨਲ ਮੈਚ ਫਰੋਸ਼ਾ ਵੀ ਜਿੱਤ ਗਈ।